ਪੰਜਾਬ ਨਿਊਜ਼ ਅਪਡੇਟ ਹੋ ਲੋ ਆਪ ਸਭ ਜ਼ਰੂਰਤਿਆਂ ਨੂੰ ਜੀ ਆਇਆਂ ਨੂੰ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ 올 ਤੇ ਕਲਿੱਕ ਕਰ ਲੋ ਜਿਸ ਨਾਲ ਸਾਡੀ ਅਪਡੇਟਸ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਪੰਜਾਬ ਚ ਮਾਨਸੂਨ ਇਸ ਤਾਰੀਖ ਤੱਕ ਪੁੱਜਣ ਦੇ ਆਸਾਰ 14 ਸਾਲਾਂ ਚ 6 ਵਾਰ ਸਮੇ ਤੋਂ ਪਹਿਲਾਂ ਦਿੱਤੀ ਦਸਕਤ ਲੁਧਿਆਣਾ ਬਸਰਾ ਪੰਜਾਬ ਦੇ ਇਸ ਸਮੇਂ ਜ਼ਿਆਦਾਤਰ ਇਲਾਕਿਆਂ 'ਚ ਲੋਕਾਂ ਨੂੰ ਭਾਰੀ ਹਮਸ ਅਤੇ ਅੱਗ ਬਰਹਾਉਣ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਨਮੀ ਬਹਿਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ। ਜੇਕਰ ਪ੍ਰੀ ਮੌਨਸੂਨ ਦੀ ਗੱਲ ਕਰੀਏ ਤਾਂ 26 ਤੋਂ 28 ਦੇ ਵਿੱਚਕਾਰ ਇਹ ਦਿੱਲੀ 'ਚ ਦਾਖਲ ਹੋ ਜਾਵੇਗੀ ਅਤੇ ਫਿਰ ਪੰਜਾਬ ਦੀ ਵਾਰੀ ਆਵੇਗੀ। ਪੰਜਾਬ ਵਾਸੀਆਂ ਲਈ ਖਤਰੇ ਦੀ ਘੰਟੀ ਵੀ ਜ਼ਿਲ੍ਹਿਆਂ 'ਚ ਹਾਲਤ ਹੋਰ ਵੀ ਮਾੜੀ। ਸੰਗਰੂਰ, ਬਨਾਲਾ, ਵਿਵੇਕ, ਸਿੰਧਾਵਨੀ, ਰਾਵੀ ਪੰਜਾਬ 'ਚ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਹੁਣ ਇਹਨਾਂ ਸਿਰਫ ਪੰਜਾਬ ਦੇ ਲੋਕਾਂ ਨੂੰ ਚਿੰਤਾਤ ਹਨ ਸਗੋਂ ਕੇਂਦਰ ਮੰਤਰੀ ਦੇ ਪੰਜਾਬ ਦੇ ਦਿੱਗਨ ਰਹੇ ਪਾਣੀ ਦੇ ਪੱਧਰ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਸੰਸਦ ਨੇ ਕਿਹਾ ਹੈ ਕਿ ਪੰਜਾਬ ਦੇ ਤੇਈ ਜ਼ਿਲ੍ਹਿਆਂ ਚੋਂ 20 ਜ਼ਿਲ੍ਹਿਆਂ ਚ ਧਰਤੀ ਹੇਠਲਾ ਪਾਣੀ ਦਾ ਪੱਧਰ ਬੁਰੀ ਤਰ੍ਹਾਂ ਹੇਠ ਡਿੱਗ ਗੇਰੇ ਰਿਹਾ ਹੈ ਪੰਜਾਬ ਹੌਣ ਮਾਰਥਲ ਵੱਲ ਵਧ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਇਸ ਸੰਬੰਧੀ ਹੋਰ ਵੀ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀ ਆਖਰੀ ਚੇਤਾਵਨੀ ਜੇ ਨਾ ਕੀਤੀ ਤਾਂ ਇਹ ਕੰਮ ਤਾਂ ਕੱਟੇਗਾ ਮੋਟਾ ਚੰਡੀਗੜ੍ਹ ਪੰਜਾਬ ਦੇ ਲੋਕਾਂ ਨੂੰ 7 ਦਿਨਾਂ ਵਿੱਚ ਆਪਣੇ ਵਾਹਨਾਂ ਤੇ ਹਾਈ ਸਕਿਉਰਟੀ ਨੰਬਰ ਪਲੇਟ ਲਗਵਾਉਣ ਹੋਰ ਹੋਵੇਗੀ ਤਾਂ ਨਹੀਂ ਨਹੀਂ ਤਾਂ 1 ਜੁਲਾਈ ਤੋਂ ਮੋਟਾ ਚਲਾਨ ਕਟਵਾਉਣਾ ਪਵੇਗਾ ਪੰਜਾਬ ਆਵਾਜਾਈ ਵਿਭਾਗ ਦੇ ਅਤੇ ਪੁਲਿਸ ਇਹ ਨੇ ਇਸ ਦੀ ਤਿਆਰੀ ਕਰ ਲਈ ਹੈ ਲੋਕਾਂ ਨੂੰ 30 ਜੂਨ ਤੱਕ ਨੰਬਰ ਪਲੇਟ ਲਗਵਾਉਣ ਦੀ ਹਦਾਇਤ ਕੀਤੀ ਗਈ ਹੈ ਇਸ ਤੋਂ ਬਾਅਦ ਮੋਟਰ ਵਾਹਨਾਂ ਐਕਟ 1988 ਦੀ ਧਾਰਾ 170 ਦੇ ਤਹਿਤ ਕਾਰਵਾਈ ਹੋਵੇਗੀ ਇਸ ਵਿੱਚ ਪਹਿਲਾਂ ਪਹਿਲੀ ਵਾਰ ਫੜੇ ਜਾਣ ਤੇ 2000 ਰੁਪਏ ਜੁਰਮਾਨਾ ਹੋਵੇਗਾ ਜਦਕਿ ਇਸ ਤੋਂ ਬਾਅਦ ਫੜੇ ਜਾਣ ਤੇ 3000 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਵਸੂਲ ਕੀਤਾ ਜਾਵੇਗਾ ਅਤੇ ਮਾਨਾ ਨੂੰ ਬਲੈਕਲਿਸਟ ਵਿੱਚ ਕਰ ਦਿੱਤਾ ਜਾਵੇਗਾ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ